ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਜੀ, ਮੈਂ ਹੀਨਾ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਥਰੂ ਅਸੀਂ ਟੂਰਿਸਟ ਵੀਜ਼ਾ ਦੇ ਨਾਲ ਰਿਲੇਟਡ ਜਿੰਨੀਆਂ ਵੀ ਅਪਡੇਸ਼ਨਸ ਰਹਿੰਦੀਆਂ ਹਨ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ। ਸੋ ਅੱਜ ਦਾ ਵੀ ਮਕਸਦ ਸੇਮ ਹੀ ਰਹੇਗਾ। ਅੱਜ ਮੈਂ ਦੱਸਾਂਗੀ ਕਿ ਹੋਟਲ ਬੁਕਿੰਗ ਦਾ ਸਕਸੈਸ ਰੇਟ ਅੱਜ ਦੇ ਟਾਈਮ ਵਿੱਚ ਕਿੱਦਾਂ ਦਾ ਚੱਲ ਰਿਹਾ ਹੈ, ਕਿੰਨਾ ਸਕਸੈਸ ਰੇਟ ਹੈ ਇਹਨਾਂ ਦਾ, ਔਰ ਹੋਟਲ ਬੁਕਿੰਗ ਦੇ ਉੱਤੇ ਕਿੱਦਾਂ ਦੀਆਂ ਪ੍ਰੋਫਾਈਲਸ ਦਾ ਵੀਜ਼ਾ ਆ ਰਿਹਾ। ਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇੱਕ ਬਹੁਤ ਵੱਡਾ ਵਹਿਮ ਹੈ ਕਿ ਅਗਰ ਸਾਡੇ ਕੋਲ ਸਪੋਂਸਰ ਹੋਏਗੀ ਤਾਂ ਸਾਡਾ ਸਕਸੈਸ ਰੇਟ 100% ਰਹੇਗਾ, ਔਰ ਅਗਰ ਅਸੀਂ ਹੋਟਲ ਬੁਕਿੰਗ 'ਤੇ ਅਪਲਾਈ ਕਰਾਂਗੇ ਤਾਂ ਸ਼ਾਇਦ ਸਾਡਾ 50-50 ਚਾਂਸਿਸ ਰਹਿਣ ਵੀਜ਼ਾ ਆਉਣ ਦੇ। ਸੋ ਇੱਦਾਂ ਦਾ ਕੁਝ ਵੀ ਨਹੀਂ ਹੈ। ਅਗਰ ਤੁਸੀਂ ਆਪਣਾ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਕਦੀ ਵੀ ਇਹ ਸੋਚ ਕੇ ਨਾ ਚੱਲੋ ਕਿ ਹਾਂ ਸਾਡੇ ਕੋਲ ਸਪੋਂਸਰ ਨਹੀਂ ਹੈ ਅਤੇ ਸਾਨੂੰ ਵੀਜ਼ਾ ਨਹੀਂ ਮਿਲੇਗਾ। ਕਦੀ ਵੀ ਕੈਨੇਡੀਅਨ ਗਵਰਨਮੈਂਟ ਇਸ ਚੀਜ਼ 'ਤੇ ਇਸ਼ੂ ਨਹੀਂ ਕਰਦੀ। ਅਗਰ ਉਹ ਵੀ ਚੀਜ਼ ਬਣੀ ਹੋਈ ਹੈ ਕਿ ਟੂਰਿਸਟ ਵੀਜ਼ਾ 'ਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ, ਅਗਰ ਤੁਹਾਡਾ ਉੱਥੇ ਕੋਈ ਨਹੀਂ ਵੀ ਰਹਿੰਦਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਉਹਦੇ ਲਈ ਜ਼ਿਆਦਾ ਤੋਂ ਜ਼ਿਆਦਾ ਕੀ ਰਹੇਗਾ, ਕੀ ਰਿਕੁਆਇਰਮੈਂਟਸ ਰਹਿਣਗੀਆਂ ਹੋਟਲ ਬੁਕਿੰਗ 'ਤੇ ਜਾਣ ਦੇ ਲਈ ਜੇ ਤੁਹਾਡਾ ਉੱਥੇ ਕੋਈ ਨਹੀਂ ਰਹਿੰਦਾ ਤੁਸੀਂ ਜਾਣਾ ਚਾਹੁੰਦੇ ਹੋ? ਉਹਦੇ ਲਈ ਮੇਨ ਤੁਹਾਡੀ ਪ੍ਰੋਫਾਈਲ, ਤੁਹਾਡਾ ਡਾਕੂਮੈਂਟੇਸ਼ਨ, ਤੁਹਾਡਾ ਇਨਕਮ ਸੋਰਸ ਕੀ ਹੈ, ਕੀ ਇਨਕਮ ਪਰੂਫ ਤੁਸੀਂ ਸ਼ੋ ਕਰਦੇ ਹੋ ਪਏ ਹੋ। ਹੁਣ ਜਦੋਂ ਅਸੀਂ ਇਨਕਮ ਦੀ ਗੱਲ ਕਰਦੇ ਹਾਂ ਉਦੋਂ ਵੀ ਅਲੱਗ ਅਲੱਗ ਪ੍ਰੋਫਾਈਲਸ ਮੈਨਸ਼ਨ ਰਹਿੰਦੀਆਂ ਨੇ, ਲਾਈਕ ਕੋਈ ਗਵਰਨਮੈਂਟ ਇੰਪਲੋਈ ਹੈ, ਕਿਸੇ ਦਾ ਆਪਣਾ ਬਿਜ਼ਨਸ ਹੈ, ਜਾਂ ਖੇਤੀਬਾੜੀ ਦਾ ਕੰਮ ਹੈ, ਕਿਸੇ ਦਾ ਕੋਈ ਕੰਮ ਹੈ, ਕਿਸੇ ਦਾ ਕੋਈ ਕੰਮ ਹੈ, ਸਾਰਿਆਂ ਦੇ ਪਰੂਫ ਤੁਸੀਂ ਜ਼ਰੂਰ ਦਿਖਾਓ। ਹੁਣ ਹਰ ਇੱਕ ਬੰਦਾ ਕੀ ਕਰਦਾ ਕਿ ਮੈਂ ਜਾਣਾ ਹੈ, ਬਾਹਰ ਜਾਣਾ ਹੈ ਅਤੇ ਮੈਂ ਪੈਸੇ ਪੁਰਾਣੇ ਦਿਖਾ ਦੇਵਾਂ। ਪੁਰਾਣੇ ਪੈਸੇ ਕਿਤੇ ਨਾ ਕਿਤੇ ਲੱਗਣਗੇ, ਜ਼ਰੂਰੀ ਹੈ ਕਿ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਪੁਰਾਣੀ ਅਮਾਊਂਟ ਦਿਖਾਓ। ਲੇਕਿਨ ਅਸੀਂ ਦੇਖਦੇ ਹਾਂ ਕਈਆਂ ਦੇ ਫਰੈਸ਼ ਅਮਾਊਂਟ 'ਤੇ ਵੀ ਵੀਜ਼ੇ ਨਿਕਲ ਆਉਂਦੇ ਨੇ, ਲਾਈਕ ਕਈਆਂ ਦਾ 1 ਮਹੀਨਾ ਹੋਇਆ ਹੁੰਦਾ ਹਲੇ ਫੰਡ ਪੁਆਏ, ਜਾਂ ਫਿਰ 2 ਮਹੀਨੇ ਹੋਏ ਹੁੰਦੇ ਨੇ, ਠੀਕ ਹੈ। ਸੋ ਉਸ ਤੋਂ ਬਾਅਦ ਵੀ ਉਹਨਾਂ ਦੇ ਵੀਜ਼ੇ ਨਿਕਲ ਆਉਂਦੇ ਨੇ, ਕਿਉਂ? ਕਿਉਂਕਿ ਉਹਨਾਂ ਦਾ ਇਨਕਮ ਜਿਹੜਾ ਸੋਰਸ ਹੈ ਜੋ ਦਿਖਾ ਰਹੇ ਨੇ ਉਹ ਬਹੁਤ ਇੰਪੈਕਟਫੁੱਲ ਹੈ। ਉਹ ਅੰਬੈਸੀ ਦੇਖ ਰਹੀ ਹੈ ਵੀਜ਼ਾ ਦੇਣ ਤੋਂ ਪਹਿਲਾਂ ਕਿ ਹਾਂ ਇਹਨਾਂ ਦੀ ਇਨਕਮ ਹੈ, ਅਗਰ ਇੰਨਾ ਪੈਸਾ ਲਗਾ ਰਹੇ ਨੇ ਬਾਹਰ ਕਿਸੇ ਕੰਟਰੀ 'ਤੇ ਉਹ ਜਾਣ ਲੱਗਿਆਂ ਲਗਾ ਰਹੇ ਨੇ ਅਤੇ ਇਹਨਾਂ ਨੂੰ ਵਾਪਸ ਵੀ ਆ ਜਾਣਾ। ਸੋ ਹਮੇਸ਼ਾ ਇਨਕਮ ਪਰੂਫ ਦਾ ਮੇਨ ਰੋਲ ਰਹਿੰਦਾ ਹੈ। ਅਗਰ ਤੁਹਾਡੀ ਇਨਕਮ ਸਟਰੋਂਗ ਹੈ, ਤੁਹਾਡੇ ਕੋਲ ਇਨਕਮ ਦੇ ਸਾਰੇ ਪਰੂਫ ਹੈ, ਸਾਰਾ ਤੁਸੀਂ ਸ਼ੋ ਕਰ ਰਹੇ ਹੋ ਕਿ ਮੇਰੇ ਕੋਲ ਪੈਸਾ ਹੈ, ਇੰਨਾ ਪੈਸਾ ਇੱਥੋਂ ਆ ਰਿਹਾ ਹੈ, ਜਾਂ ਇਹ ਮੇਰੀ ਬੱਚਤ ਹੋਈ ਹੈ ਸਾਲ ਦੀ, ITR ਭਰ ਰਹੇ ਹੋ ਤੁਸੀਂ, ਟੈਕਸ ਵਾਲੀ ਭਰ ਰਹੇ ਹੋ, ਇਹ ਸਭ ਚੀਜ਼ਾਂ ਮੈਟਰ ਕਰਦੀਆਂ ਨੇ। ਹਾਂ, ਬਟ ਹਰੇਕ ਪ੍ਰੋਫਾਈਲ ਦਾ ਜਿਹੜਾ ਕ੍ਰਾਈਟੀਰੀਆ ਅਲੱਗ ਅਲੱਗ ਰਹੇਗਾ। ਮੈਂ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਸਾਰੀਆਂ ਪ੍ਰੋਫਾਈਲ ਦਾ ਇੱਕੋ ਵਾਰ 'ਚ ਨਹੀਂ ਦੱਸ ਪਾਵਾਂਗੀ। ਸੋ ਹਰੇਕ ਪ੍ਰੋਫਾਈਲ ਲਈ ਅਲੱਗ ਅਲੱਗ ਕ੍ਰਾਈਟੀਰੀਆ ਹੈ। ਉਹਦੀ ਜਾਣਕਾਰੀ ਲੈਣ ਦੇ ਲਈ ਤੁਸੀਂ ਸਾਡੇ ਹੈਲਪਲਾਈਨ ਨੰਬਰ 76965 76965 'ਤੇ ਕਾਲ ਕਰੋ। ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਹੋਟਲ ਬੁਕਿੰਗ 'ਤੇ ਵੀ ਵੀਜ਼ਾ ਲੈ ਸਕਦੇ ਹੋ, ਕਿਹੜੇ ਕਿਹੜੇ ਡਾਕੂਮੈਂਟੇਸ਼ਨ ਤੁਸੀਂ ਰੈਡੀ ਕਰ ਸਕਦੇ ਹੋ। ਆਲਮੋਸਟ ਸਾਰੇ ਡਾਕੂਮੈਂਟੇਸ਼ਨ ਈਜ਼ੀ ਹੀ ਰਹਿੰਦੇ ਨੇ, ਪ੍ਰੋਫਾਈਲ ਬਣਾਉਣੀ ਪੈਂਦੀ ਹੈ ਅਗਰ ਕਿਸੇ ਦੀ ਨਹੀਂ ਬਣੀ ਹੋਈ। ਕਈਆਂ ਦੀ ਬਣੀ ਹੋਈ ਹੁੰਦੀ ਹੈ ਲੇਕਿਨ ਪ੍ਰੋਪਰ ਡਾਕੂਮੈਂਟ ਲਗਾਉਣ ਦਾ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ। ਅਸੀਂ ਸਾਰੀ ਚੀਜ਼ਾਂ ਬਾਰੇ ਗਾਈਡ ਕਰਾਂਗੇ, ਔਰ ਹੋਟਲ ਬੁਕਿੰਗ 'ਤੇ ਵੀ ਤੁਹਾਨੂੰ ਟੂਰਿਸਟ ਵੀਜ਼ਾ ਲਿਆ ਕੇ ਦਿਖਾਵਾਂਗੇ। ਸੋ ਆਪਣਾ ਵੀਜ਼ਾ ਅਪਲਾਈ ਕਰਨ ਦੇ ਲਈ, ਹੋਟਲ ਬੁਕਿੰਗ 'ਤੇ ਬਾਹਰ ਜਾਣ ਦੇ ਲਈ, ਘੁੰਮਣ ਫਿਰਨ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 76965 76965, ਜੋ ਕਿ ਸਾਡਾ ਹੈਲਪਲਾਈਨ ਨੰਬਰ ਹੈ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਦਾ। ਬਾਕੀ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਅਤੇ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਹਨ ਤੁਹਾਨੂੰ ਸ਼ੋਅ ਹੁੰਦੀਆਂ ਰਹਿਣਗੀਆਂ। ਥੈਂਕ ਯੂ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।